ਸਤਿ ਸ੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਕੱਲ ਯਾਨੀ ਕਿ 28 ਤਰੀਕ ਨੂੰ 8ਵੀਂ ਜਮਾਤ ਵਾਲਿਆਂ ਦਾ ਜਿਹੜਾ ਪੇਪਰ ਹੈ ਉਹ ਹੈ ਪਹਿਲੀ ਭਾਸ਼ਾ ਦੇ ਵਿਦਿਆਰਥੀਆਂ ਦਾ ਪੰਜਾਬੀ ਦਾ ਹਿੰਦੀ ਤੇ ਉਰਦੂ ਦਾ ਸੋ ਦੋਸਤੋ ਅੱਜ ਅਸੀਂ ਲੈ ਕੇ ਆਏ ਹਾਂ 8ਵੀਂ ਜਮਾਤ ਦੇ ਵਿਦਿਆਰਥੀਆਂ ਦਾ ਪੰਜਾਬੀ ਦਾ ਸੈਂਪਲ ਪੇਪਰ ਜੋ ਕਿ ਪੂਰੀ ਤਰ੍ਹਾਂ ਹੱਲ ਕੀਤਾ ਹੋਇਆ ਹੈ ਸੋ ਦੋਸਤੋ ਬਿਨਾਂ ਸਮਾਂ ਵੇਸਟ ਕੀਤੇ ਅਸੀਂ ਸ਼ੁਰੂ ਕਰਦੇ ਹਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਦੇਣਾ ਸਾਡਾ ਟੈਲੀਗ੍ਰam ਚੈਨਲ ਹੈ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਤੁਸੀਂ ਉੱਥੇ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਸਾਡਾ ਉੱਤੇ ਡਿਸਕਸ਼ਨ ਗਰੁੱਪ ਬਣਿਆ ਹੋਇਆ ਹੈ ਠੀਕ ਹੈ ਜੀ ਸੋ ਦੋਸਤੋ ਇਸ ਤੋਂ ਇਲਾਵਾ 8ਵੀਂ ਜਮਾਤ ਦੇ ਨਾਲ ਰਿਲੇਟਡ ਕਿਸੇ ਵੀ ਤਰ੍ਹਾਂ ਦਾ ਕੋਈ ਪੇਪਰ ਤੁਹਾਨੂੰ ਚਾਹੀਦਾ ਹੈ ਸਾਡੀ ਵੈਬਸਾਈਟ ਹੈ www.dipunjabiklass.com ਉੱਥੇ ਜਾ ਕੇ ਤੁਸੀਂ ਪੇਪਰ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਸੋ ਆਓ ਸ਼ੁਰੂ ਕਰਦੇ ਹਾਂ 8th ਕਲਾਸ ਪੀਐਸਸੀਬੀ ਪੰਜਾਬੀ ਫਾਈਨਲ ਬੋਰਡ ਪੇਪਰ ਫਰਵਰੀ ਮਾਰਚ 2023 ਵਿਦ ਸੋਲੂਸ਼ਨ ਮਾਡਲ ਪ੍ਰਸ਼ਨ ਪੱਤਰ ਜਮਾਤ 8ਵੀਂ ਵਿਸ਼ਾ ਪੰਜਾਬੀ ਸਮਾ 10 ਘੰਟੇ ਦਾ ਕੋਲ ਨੰਬਰ ਨੇ 90 ਸੁੰਦਰ ਲਿਖਾਈ ਦੇ ਅੰਕ ਨਿਰਧਾਰਿਤ ਕੀਤੇ ਗਏ ਹਨ 5 ਸਭ ਤੋਂ ਪਹਿਲਾਂ ਹੈ ਭਾਗ ਊੜਾ ਪੈਰੇ ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ ਸੋ نیچے ਇੱਕ ਪੈਰਾ ਦਿੱਤਾ ਹੋਇਆ ਹੈ ਪੈਰੇ ਦੇ ਵਿੱਚੋਂ ਹੀ ਤੁਹਾਨੂੰ ਪ੍ਰਸ਼ਨ ਪੁੱਛੇ ਜਾਣਗੇ ਕਾਫੀ ਸਾਰੇ ਪੈਰੇ ਆਉਣਗੇ ਤੁਹਾਨੂੰ ਲਗਭਗ 4 ਤੇ 5 ਦੇ ਕਰੀ ਪੈਰੇ ਆਉਣਗੇ ਸੋ ਤੁਸੀਂ ਕਰਨੇ ਹਨ ਸੋ ਦੋਸਤੋ ਮੈਂ ਪੈਰਾ ਨਹੀਂ ਪੜਾਂਗਾ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਕਿਉਂਕਿ ਪਹਿਲਾ ਪੈਰਾ ਪੜਾਂਗਾ ਫਿਰ ਆਨਸਰ ਕਰਾਂਗੇ ਠੀਕ ਹੈ ਜੀ ਸੋ ਮੈਂ ਫਟਾਫਟ ਪ੍ਰਸ਼ਨ ਉੱਤਰ ਪੜ ਦਿੰਦਾ ਹਾਂ ਸੇ ਇਸ ਪੇਪਰ ਨੂੰ ਡਾਊਨਲੋਡ ਕਰਨ ਲਈ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਲਿੰਕ ਤੇ ਕਲਿੱਕ ਕਰਕੇ ਪੇਪਰ ਨੂੰ ਡਾਊਨਲੋਡ ਕਰ ਸਕਦੇ ਹੋ ਆਰਾਮ ਨਾਲ ਬੈਠ ਕੇ ਪੜ ਸਕਦੇ ਹੋ ਬਾਰ-ਬਾਰ ਸਕਰੀਨਸ਼ਾਟ ਲੈਣ ਦੀ ਵੀ ਤੁਹਾਨੂੰ ਜ਼ਰੂਰਤ ਨਹੀਂ ਪੈਗੀ ਜਿੰਨੀ ਮਾਰੀ ਵਰਜੀ ਪੇਪਰ ਉੱਪਰ نیچے ਕਰਕੇ ਦੇਖੋ ਆਰਾਮ ਨਾਲ ਤੁਸੀਂ ਪੜ ਸਕਦੇ ਹੋ ਸੋ ਪ੍ਰਸ਼ਨ ਨੰਬਰ 1 ਇਹ ਪੈਰਾ ਕਿਸ 파ਟ ਵਿੱਚੋਂ ਲਿਆ ਗਿਆ ਹੈ ਸੋ ਬੱਚਿਓ ਉੱਪਰ ਜਿਹੜਾ ਪੈਰਾ ਹੈ ਇਹ ਪ੍ਰੇਮੀ ਪ੍ਰੇਮੀ ਦੇ ਨਿਆਣੇ ਜਿਹੜਾ 파ਟ ਹੈ ਤੁਹਾਡੇ ਉਹਦੇ ਵਿੱਚੋਂ ਲਿਆ ਗਿਆ ਹੈ ਠੀਕ ਹੈ ਜੀ ਸੋ ਤੁਹਾਨੂੰ ਕਾਫੀ ਹੱਦ ਤੱਕ ਪਤਾ ਹੀ ਹੋਏਗਾ ਸੋ ਕਰਦੇ ਹਾਂ ਸਿੱਧਾ ਹੀ ਪਹਿਲਾ ਪ੍ਰਸ਼ਨ ਇਹ ਪੈਰਾ ਕਿਸ ਪਾਠ ਵਿੱਚੋਂ ਲਿਆ ਗਿਆ ਹੈ ਇਹਦਾ ਉੱਤਰ ਹੈ ਉਤਰ ਊੜਾ ਪ੍ਰੇਮੀ ਦੇ ਨਿਆਣੇ ਅਗਿਆ ਪ੍ਰਸ਼ਨ ਨੰਬਰ 2 ਕਿਹੜੀ ਸਿੱਖਿਆ ਕਰਕੇ ਸਾਡੇ ਡਰ ਬੱਚਿਆਂ ਸੁਭਾਵਾਂ ਦਾ ਅੰਗ ਬਣ ਗਿਆ ਹੈ ਇਹਦਾ ਉੱਤਰ ਹੈ ਧਾਰਮਿਕ ਸਿੱਖਿਆ ਪ੍ਰਸ਼ਨ ਨੰਬਰ 3 ਹਰ ਰੋਜ਼ ਸ਼ਾਮ ਨੂੰ ਸਿਆਣੇ ਕਿਹੋ ਜਿਹੀਆਂ ਕਹਾਣੀਆਂ ਸੁਣਾਉਂਦੇ ਸਨ ਉਤਰ ਨਰਕ ਸਵਰਗ ਦੀਆਂ ਪ੍ਰਸ਼ਨ ਨੰਬਰ 4 ਬੱਚਿਆਂ ਨੂੰ ਭੈ ਸਾਗਰ ਕਿਹੜੀ ਚੀਜ਼ ਪ੍ਰਤੀਤ ਹੁੰਦੀ ਸੀ ਇਹਦਾ ਉੱਤਰ ਹੈ ਊੜਾ ਸੜਕ ਤੋਂ ਲੰਘਣਾ ਅਗਿਆ ਨੰਬਰ 5 ਸਭ ਤੋਂ ਵੱਡਾ ਨਰਕ ਕਿਹੜੀ ਥਾਂ ਸੀ ਉੱਤਰ ਮਦਰਸਾ ਸੋ ਇਸੇ ਤਰ੍ਹਾਂ ਹੀ ਫਿਰ ਪੈਰਾ ਆਏਗਾ ਪੈਰੇ ਦੇ ਵਿੱਚੋਂ ਹੀ ਪ੍ਰਸ਼ਨ ਪੜਨੇ ਹਨ ਸੋ ਇਹ ਤੁਹਾਡਾ ਜਿਹੜਾ ਲੈਸਨ ਡਾਕਟਰ ਮਿੰਦਰ ਸਿੰਘ ਦਾਵਾ ਉਹਦੇ ਵਿੱਚੋਂ ਲੈਸਨ ਦੇ ਵਿੱਚੋਂ ਹੈ ਸੋ ਪੜਦੇ ਹਾਂ ਪਹਿਲਾ ਪ੍ਰਸ਼ਨ ਡਾਕਟਰ ਰੰਦਾਵਾ ਦਾ ਜਨਮ ਕਿੱਥੇ ਹੋਇਆ ਉੱਤਰ ਈਡੀ ਆਪਸ਼ਨ ਹੈ ਜੀਰਾ ਦੇ ਵਿੱਚ ਹੋਇਆ ਸੀ ਅੱਗੇ ਪ੍ਰਸ਼ਨ ਨੰਬਰ 2 ਡਾਕਟਰ ਰੰਧਾਵਾ ਨੂੰ ਮੁੱਖ ਕਮਿਸ਼ਨਰ ਕਿਹੜੇ ਸ਼ਹਿਰ ਵਿੱਚ ਲਗਾਇਆ ਗਿਆ ਸੀ ਇਹਦਾ ਉੱਤਰ ਹੈ ਐਡਾ ਚੰਡੀਗੜ੍ਹ ਦੇ ਵਿੱਚ ਅੱਗੇ ਪ੍ਰਸ਼ਨ ਨੰਬਰ 3 ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਪਿਤਾ ਦਾ ਕੀ ਨਾਂ ਸੀ ਉਹਦਾ ਉੱਤਰ ਹੈ ਈਡੀ ਸ਼ੇਰ ਸਿੰਘ ਸੀ ਅੱਗੇ ਹੈ ਪ੍ਰਸ਼ਨ ਨੰਬਰ 4 ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਆਈਸੀਐਸ ਦੀ ਪ੍ਰਤੀਯੋਗਤਾ ਕਿੱਥੋਂ ਪਾਸ ਕੀਤੀ ਉੱਤਰ ਹੈ ਲੰਡਨ ਤੋਂ ਨੰਬਰ 5 ਡਾਕਟਰ ਮਹਿੰਦਰ ਸਿੰਘ ਰੰਧਾਵਾ ਵੱਲੋਂ ਕਿਹੜੇ ਵਿਸ਼ੇ ਦੇ ਸੰਬੰਧ ਵਿੱਚ ਖੋਜ ਕੀਤੀ ਗਈ ਕਿਹੜਾ ਉੱਤਰ ਹੈ ਐਡਾ ਬਨਸਪਤੀ ਵਿਗਿਆਨ ਦੇ ਵਿੱਚ ਸੋ ਅੱਗੇ ਹੈ ਇਹ ਤੁਹਾਡਾ ਹੈ ਲੈਸਨ ਪੰਜਾਬ ਕੌਰ ਦੇ ਵਿੱਚੋਂ ਪਹਿਲਾ ਪ੍ਰਸ਼ਨ ਉਪਰੋਕਤ ਪੈਰੇ ਵਿੱਚੋਂ ਖਾਸ ਨਾਮ ਦੀ ਕੋਈ ਦੋ ਧਾਰਨ ਲਿਖੋ ਸੋ ਪੈਰੇ ਦੇ ਵਿੱਚ ਖਾਸ ਨਾਮ ਤੁਹਾਨੂੰ ਪਤਾ ਹੈ ਜਿਹੜਾ ਕਿਸੇ ਵਿਅਕਤੀ ਕਿਸੇ ਸ਼ਹਿਰ ਜਾਂ ਕਿਸੇ ਵਿਸ਼ੇਸ਼ ਜੀ ਦਾ ਨਾਮ ਹੁੰਦਾ ਹੈ ਉਹ ਖਾਸ ਨਾਮ ਹੁੰਦੇ ਹਨ ਉੱਪਰ ਪੈਰੇ ਵਿੱਚ ਬਹੁਤ ਸਾਰੇ ਨੇ ਪਰ ਦੋ ਇਹਨਾਂ ਨੇ ਮੰਗੇ ਹਨ ਸੋ ਅੰਮ੍ਰਿਤਸਰ ਗੁਰੂ ਗੋਬਿੰਦ ਸਿੰਘ ਜੀ ਅਗੇ ਨੰਬਰ 2 ਪ੍ਰਸ਼ਨ ਉਪਰੋਕਤ ਪੈਰੇ ਵਿੱਚੋਂ ਭਾਵਵਾਚਕ ਨਾਮ ਦੀ ਠੀਕ ਉਦਾਹਰਣ ਦਿਓ ਸੋ ਭਾਵਵਾਚਕ ਸ਼ਬਦ ਤੁਹਾਨੂੰ ਵੈਸੇ ਪਤਾ ਹੀ ਹੋਏਗਾ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਭਾਵਨਾ ਪ੍ਰਗਟ ਹੁੰਦੀ ਹੋਵੇ ਠੀਕ ਹੈ ਜੀ ਉੱਤਰ ਹੈ ਨਸ਼ਾ ਭੈ ਚੈਨ ਡਰ ਮੌਤ ਤੇ ਸਜ਼ਾ ਇਹਨਾਂ ਸਾਰਿਆਂ 'ਚੋਂ ਕੋਈ ਨਾ ਕੋਈ ਭਾਵਨਾ ਪੈਦਾ ਹੁੰਦੀ ਹੈ ਡਰ ਹੈ ਡਰ ਤੋਂ ਸੁਣ ਕੇ ਡਰ ਆਉਂਦਾ ਹੈ ਠੀਕ ਹੈ ਜੀ ਸੋ ਭਾਵਨਾਤਕਵਾਚਕ ਹੁੰਦੇ ਹਨ ਨੰਬਰ 3 ਉਪਰੋਕਤ ਪੈਰੇ ਵਿੱਚੋਂ ਵਸਤਵਾਚਕ ਨਾਮ ਦੀ ਉਦਾਹਰਣ ਦਿਓ ਸੋ ਜਿਹੜੇ ਦੇ ਵਿੱਚ ਵਸਤੂਆਂ ਪ੍ਰਗਟ ਹੋਣ ਜਿਦਾ ਰੂਹ ਇਟ ਕਾਗਜ਼ ਇਹ ਰੱਤ ਇਹ ਸਾਰੀਆਂ ਵਸਤੂਆਂ ਹੀ ਹਨ ਠੀਕ ਹੈ ਜੀ ਪ੍ਰਸ਼ਨ ਨੰਬਰ 4 ਸਰਹੱਦ ਦੇ ਪਾਰ ਕੀ ਹੋ ਰਿਹਾ ਸੀ ਉੱਤਰ ਕਮਾਸਾਂ ਦੀ ਲੜਾਈ ਨੰਬਰ 5 ਘਰ ਵਿੱਚ ਰੋਸ਼ਨੀ ਦੀ ਸਜ਼ਾ ਕੀ ਸੀ ਇਹਦਾ ਉੱਤਰ ਹੈ ਮੌਤ ਅੱਗੇ ਪ੍ਰਸ਼ਨ ਨੰਬਰ 5ਵਾਂ ਫਿਰ ਪੈਰਾ ਹੈ ਪੰਜ ਪੈਰੇ ਹਨ ਸੋ ਇਹ ਹੈ ਟ੍ਰੈਲ ਆਪਰੇਸ਼ਨ ਊਂਟ ਦਾ ਇਸਤਰੀ ਲਿੰਗ ਕਿਹੜਾ ਹੈ ਸੋ ਇਹ ਤੁਹਾਡਾ ਜਿਹੜਾ ਹੈ ਇਹ ਹੈ ਇਹ ਸ਼ਿਵ ਸਿੰਘ ਬੁੱਤਕੜਾ ਲੇਸਨ ਜਿਹੜਾ ਹੈ ਉਹਦੇ ਵਿੱਚੋਂ ਹੈ ਸੋ ਪਹਿਲਾ ਪ੍ਰਸ਼ਨ ਹੈ ਊਂਟ ਦਾ ਇਸਤਰੀ ਲਿੰਗ ਕਿਹੜਾ ਹੈ ਉੱਤਰ ਊਂਟਣੀ ਨੰਬਰ 2 ਉਪਰੋਕਤ ਵਾਰਤਾ ਵਿੱਚੋਂ ਇੱਕ ਇਕੱਟਵਾਚਕ ਨਾਂ ਦੱਸੋ ਸੋ ਇਕੱਟਵਾਚਕ ਨਾਂ ਹੈ ਮਾਪਿਆਂ ਨੰਬਰ 3 ਕੁਦਰਤ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ਹੈ ਉੱਤਰ ਇਸਤਰੀ ਲਿੰਗ ਹੈ ਨੰਬਰ 4 ਪ੍ਰਸ਼ਨ ਸ਼ਿਵ ਸਿੰਘ ਦੇ ਪਿੰਡ ਨੇੜੇਓ ਕਿਹੜਾ ਚੋ ਲੰਗਦਾ ਸੀ ਉੱਤਰ ਹੈ ਭੰਗੀ ਚੋ ਨੰਬਰ 5 ਸ਼ਿਵ ਸ਼ਿਵ ਕੁਮਾਰ ਕਿਸ शिव सिंह ਹੋਣਾ ਹੈ शिव सिंह ਕਿਸ ਚੀਜ਼ ਦੀ ਵਰਤੋਂ ਕਰਕੇ ਵਾਲ ਖਿਡਾਉਣੇ ਊਂਠ ਘੋੜੇ ਤੇ ਛੁੰਛਣੇ ਬਣਾਉਂਦਾ ਸੀ ਉੱਤਰ ਹੈ ਸਰਕੰਟਾ ਸੋ ਅਗਿਆ ਨੰਬਰ 6 ਸੋ ਇਹ ਹੈ ਤੁਹਾਡਾ ਮਨ ਲੈਸਨ ਦਾ ਨਾਮ ਨਹੀਂ ਯਾਦ ਆ ਰਿਹਾ ਕੱਟੇ ਵਾਲਾ ਮਨ ਲੈਸਨ ਸੀਗਾ ਨਾ ਭੁੱਲ ਗਿਆ ਸੋ ਤੁਸੀਂ ਦੇਖ ਲੈਣਾ ਬੱਚਿਓ ਇਹ ਨਾਮ ਮੈਨੂੰ ਯਾਦ ਨਹੀਂ ਆ ਰਿਹਾ ਇਸ ਵੇਲੇ ਨੰਬਰ 6 ਸਵਾਲ ਨੰਬਰ 1 ਹੇਡ ਲਿਖਿਆ ਵਿੱਚੋਂ ਕਿਹੜਾ ਨਾਮ ਹੈ ਨਾਮ ਦੱਸਣਾ ਹੈ ਉੱਤਰ ਹੈ ਮੱਝ ਅੱਗੇ ਸਵਾਲ ਨੰਬਰ 2 ਕਿਹੜਾ ਲਿਖਿਆ ਵਿੱਚੋਂ ਲਿਖਿਆ ਵਿੱਚੋਂ ਵਿਸ਼ੇਸ਼ਣ ਹੈ ਵਿਸ਼ੇਸ਼ਣ ਸ਼ਾਕਾਲਾ ਵਿਸ਼ੇਸ਼ਣ ਹੈ ਜੋ ਕਿਸੇ ਵਿਸ਼ੇਸ਼ ਚੀਜ਼ ਨੂੰ ਪ੍ਰਗਟ ਕਰਦਾ ਹੈ ਨੰਬਰ 3 ਲੇਖਕ ਅੱਧੀ ਚਾਹ ਗਲਾਸ ਵਿੱਚ ਛੱਡ ਕੇ ਕਿੱਧਰ ਨੂੰ ਭਜਿਆ ਉੱਤਰ ਮੀਨੀ ਮੱਝ ਦੀ ਖੁਰਲੀਵਾਲ ਨੰਬਰ 4 ਕਟਾ ਕਿਸ ਤਰ੍ਹਾਂ ਦਾ ਸੀ ਪੁੱਤਰ ਪਿਆਰਾ ਤੇ ਭੋਲੂ ਜਿਹਾ ਪ੍ਰਸ਼ਨ ਨੰਬਰ 5 ਦੋ ਤਿੰਨ ਵਾਰ ਕਿਸ ਨੇ ਚਕਾਨੀ ਦੇ ਕੇ ਠੁੰਗਾ ਮਾਰਨ ਦੀ ਕੋਸ਼ਿਸ਼ ਕੀਤੀ ਉੱਤਰ ਹੈ ਕਾਂ ਨੇ ਅੱਗੇ ਫਿਰ ਹੈ ਪੈਰਾ ਸੋ ਬੱਚੇ ਲਗਭਗ 7 ਪੈਰੇ ਆਉਣੇ ਹਨ ਇਸ ਵਾਰੀ ਠੀਕ ਹੈ ਜੀ ਸੋ ਅੱਗੇ ਪੜਦੇ ਹਾਂ ਪਹਿਲਾ ਪ੍ਰਸ਼ਨ ਹੈ ਸੋ ਬੱਚਿਓ ਮੈਂ ਨਹੀਂ ਪੜਦਾ ਕਿਉਂਕਿ ਦੇਖੋ ਤੁਸੀਂ ਦੇ ਲੋ ਸਾਥ ਪੈਰੇ ਨੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸੀਗੀ ਸੋ ਇਹ ਤੁਸੀਂ ਹੇਠਾਂ ਲਿੰਕ ਦਿੱਤਾ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਤੇ ਕਲਿੱਕ ਕਰਕੇ ਪੇਪਰ ਨੂੰ ਡਾਊਨਲੋਡ ਕਰ ਲਿਓ ਆਰਾਮ ਨਾਲ ਬੈਠ ਕੇ ਤੁਸੀਂ ਪੜ ਲੈਣਾ ਠੀਕ ਹੈ ਜੀ ਅੱਗੇ ਹੈ ਪਹਿਲਾ ਪ੍ਰਸ਼ਨ ਮੇਲੇ ਤੇ ਤਿਹਾਰ ਸਮਾਜ ਵਿੱਚ ਕੀ ਪੈਦਾ ਕਰਦੇ ਸਨ ਉੱਤਰ ਐੜਾ ਭਾਈਚਾਰਕ ਸਾਂਝ ਨੰਬਰ 2 ਭਾਰਤ ਦੇ ਵਿੱਚ ਮਨਾਏ ਜਾਂਦੇ ਕਿਸੇ ਇੱਕ ਪ੍ਰਸਿੱਧ ਤਿਹਾਰ ਦਾ ਨਾਂ ਕੀ ਹੈ ਉੱਤਰ ਇਹਨਾਂ ਸਾਰਿਆਂ ਚੋਂ ਦੀਵਾਲੀ ਨੰਬਰ 3 ਉਪਰੋਤਕ ਪੈਰੇ ਵਿੱਚ ਕੋਈ ਇੱਕ ਕਿਰਿਆ ਸ਼ਬਦ ਲਿਖੋ ਉਤਰ ਹੋਇਆ ਨੰਬਰ 4 ਉਪਰੋਤਕ ਪੈਰੇ ਵਿੱਚੋਂ ਇੱਕ ਭਾਵਾਚਨਕ ਨਾਮ ਲਿਖੋ ਜਿਵੇਂ ਸਾਂਝ ਹੈ ਨੰਬਰ 5 ਉਪਰੋਤਕ ਪੈਰੇ ਵਿੱਚੋਂ ਇੱਕ ਇਕੱਠ ਵਾਚਕ ਨਾਮ ਲਿਖੋ ਪਰਿਵਾਰ ਜਿਹਦਾ ਉੱਤੇ ਪਿੱਛੇ ਉੱਪਰ ਪੁੱਪਰ ਵੀ ਪੁੱਛਿਆ ਸੀ ਉੱਤੇ ਮਾਪੇ ਦਿੱਤਾ ਸੀ ਠੀਕ ਹੈ ਜੀ ਸੋ ਜਿਹੜਾ ਸਮੂਹ ਹੁੰਦਾ ਹੈ ਇਕੱਠ ਹੁੰਦਾ ਹੈ ਉਹ ਤੁਸੀਂ ਲਿਖਣਾ ਹੁੰਦਾ ਹੈ ਅੱਗੇ ਭਾਗ ਐ ਐੜਾ ਹੇਡ ਲਿਖ ਕੇ ਕਾਫ 17 ਦਾ ਭਾਵ ਸਪਸ਼ਟ ਕਰੋ ਸੋ ਇਹਨਾਂ ਦੇ ਵਿੱਚ ਜਿਹੜਾ ਨੂੰ ਆਪਸ਼ਨ ਆਏਗੀ ਦੋਨਾਂ ਚੋਂ ਜਿਹੜਾ ਵੀ ਤੁਹਾਨੂੰ ਚੰਗੀ ਤਰ੍ਹਾਂ ਆਉਂਦਾ ਹੋਇਆ ਉਹ ਤੁਸੀਂ ਕਰ ਲੈਣਾ ਹੈ ਸੋ ਮੈਂ ਇੱਕ ਪੜ੍ਹ ਦਿੰਦਾ ਹਾਂ ਬਾਕੀ ਤੁਸੀਂ ਦੇਖ ਲੈਣਾ ਜਲਿਆਂ ਵਾਲੇ ਬਾਗ ਤੇਰੇ ਦੀ ਅੱਜ ਦੀ ਅਮਰ ਕਹਾਣੀ ਕਾਮਾਗਾਟਾ ਮਾਰੂ ਤੇਰੇ ਅੱਗ ਲਾਈ ਵਿੱਚ ਪਾਣੀ ਚੰਡੀ ਬਣ ਕੇ ਰਨ ਵਿੱਚ ਜੂਜੀ ਤੇਰੀ ਛੰਸੀ ਰਾਣੀ ਜੈ ਭਾਰਤ ਜੈ ਭਾਰਤ ਮਾਤਾ ਸੋ ਇਹਦਾ ਹੁਣ ਭਾਵ ਸਪਸ਼ਟ ਕਰਨਾ ਹੈ ਇਹ ਕਾਵ ਟੋਟੇ ਵਿੱਚ ਕਵੀ ਭਾਰਤ ਮਾਤਾ ਦੀ ਅਣਖ ਤੇ ਆਜ਼ਾਦੀ ਦੀ ਰਾਖੀ ਲਈ ਦੇਸ਼ ਭਗਤਾਂ ਨੇ ਜਲਿਆਂ ਵਾਲੇ ਬਾਗ ਵਿੱਚ ਕਾਮਾਗਾਟਾ ਮਾਰੂ ਦੇ ਮਸਾਫਰਾਂ ਦੇ ਰੂਪ ਵਿੱਚ ਅਤੇ ਰਾਣੀ ਛਾਂਸੀ ਨੇ ਆਪਣਾ ਖੂਨ ਡੋਲਿਆ ਅਜਿਹੇ ਅਨਖੀਲੇ ਪੁੱਤਰਾਂ ਦੀ ਭਾਰਤ ਮਾਤਾ ਦੀ ਅਸੀਂ ਜੈ ਜੈਕਾਰ ਕਰਦੇ ਹਾਂ ਸੋ ਅੱਗੇ ਹੈ ਆਪਸ਼ਨ ਮੈਂ ਪੜਾਂਗਾ ਨਹੀਂ ਤੁਸੀਂ ਦੇਖ ਲੈਣਾ ਪ੍ਰਸ਼ਨ ਨੰਬਰ 9 ਹੇਠ ਲਿਖਿਆਂ ਵਿੱਚੋਂ ਕੋਈ ਪੰਜ ਪ੍ਰਸ਼ਨਾਂ ਦੇ ਉੱਤਰ ਦਿਓ ਸੱਤ ਦਿੱਤੇ ਹੋਣਗੇ ਪੰਜਾਂ ਦੇ ਉੱਤਰ ਦੇਣੇ ਹਨ ਸੋ ਨੰਬਰ 1 ਜੈ ਭਾਰਤ ਮਾਤਾ ਕਵਿਤਾ ਵਿੱਚ ਕਿਹੜੇ-ਕਿਹੜੇ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ ਸੋ ਇਦੇ ਵਿੱਚ ਆਇਆ ਹੈ ਇਸ ਕਵਿਤਾ ਵਿੱਚ ਰਾਜਾ ਪੋਰਸ, ਸ਼ਿਵਾਜੀ, ਰਾਣਾ ਪ੍ਰਤਾਪ, ਰਾਣੀ ਚਾਂਸੀ, ਜਲਿਆਂਵਾਲੇ ਬਾਗ ਦੇ ਸ਼ਹੀਦ, ਕਾਵਾ ਗਾਟਾ ਮਾਰੂ ਜਹਾਦ ਦੇ ਮੁਸਾਫਰ ਕਰਤਾਰ ਸਿੰਘ ਸਰਾਬਾ ਤੇ ਹੋਰ ਗਦਰੀ ਬਾਬੇ ਸਰਦਾਰ ਭਗਤ ਸਿੰਘ, ਸਰਦਾਰ ਉਦਮ ਸਿੰਘ, ਤੇਰੇ ਲਾਲਾ ਲਾਜਪਤਰਾ ਇਹ ਆਦ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ। ਅੱਗੇ ਨੰਬਰ 2 ਸ਼ੁਰੂ ਵਿੱਚ ਪੰਜਾਬ ਕੌਰ ਨੂੰ ਕਿਸ ਪ੍ਰਕਾਰ ਦਾ ਕੋਈ ਪੈ ਕਿਉਂ ਨਹੀਂ ਸੀ? ਸੋ ਇਹਦਾ ਉੱਤਰ ਦਿੱਤਾ ਹੋਇਆ ਹੈ। ਅੱਗੇ ਮੈਂ ਪੜ੍ਹ ਦਿੰਦਾ ਪ੍ਰਸ਼ਨ ਉੱਤਰ ਤੁਸੀਂ ਦੇਖ ਲੈਣਾ ਵੀਡੀਓ ਲੰਬੀ ਮੈਂ ਨਹੀਂ ਲੰਬੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਪੂਰੀ ਵੀਡੀਓ ਦੇਖਦੇ ਵੀ ਹੈ ਨਹੀਂ ਬੱਚੇ ਨੰਬਰ 3 ਬਾਬਾ ਫਰੀਦ ਜੀ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸਨ ਨੰਬਰ 4 ਵੇਲੇ ਸਮੇਂ ਵਿੱਚ ਪੰਜਾਬੀ ਆਪਣਾ ਮਨੋਰੰਜਨ ਕਿਵੇਂ ਕਰਦੇ ਹਨ ਨੰਬਰ 5 ਮਣਾ ਕਿਸ ਨੂੰ ਕਹਿੰਦੇ ਹਨ ਨੰਬਰ 6 ਲੇਖਕ ਬੁਆ ਦੇ ਪਿੰਡ ਕਿਉਂ ਗਿਆ ਨੰਬਰ 7 ਬੱਚਿਆਂ ਨੂੰ ਕਿਹੜੀ ਗੱਲ ਪੈ ਸਾਗਰ ਲੱਗਦੀ ਸੀ ਅਤੇ ਕਿਉਂ ਸੋ ਉਸ ਤੋਂ ਬਾਅਦ ਕੋਈ ਪੰਜ ਸ਼ਬਦਾ ਮੁਹਾਵਰਾ ਨੂੰ ਵਾਕਾਂ ਵਿੱਚ ਬਦਲੋ ਸੋ ਨੀਚੇ 7 ਦਿੱਤੇ ਹੋਣਗੇ 7ਾਂ ਚੋਂ 5 ਕਰਨੇ ਹਨ ਤੁਸੀਂ ਦੇਖ ਲੈਣਾ ਅੱਗੇ ਹੈ ਬੋਲੀ ਜਾਂ ਭਾਸ਼ਾ ਕਿਸ ਨੂੰ ਆਖਦੇ ਹਨ ਉਤਰ ਮਨੁੱਖ ਜਿਨ੍ਹਾਂ ਸਾਰਥਕ ਆਵਾਜ਼ਾਂ ਧੁਨੀਆਂ ਰਾਹੀਂ ਆਪਣੇ ਮਨੁਭਾਵਾਂ ਤੇ ਵਿਚਾਰਾਂ ਨੂੰ ਦੂਜੇ ਅੱਗੇ ਪ੍ਰਗਟ ਕਰਦਾ ਹੈ ਉਹਨਾਂ ਦੇ ਸਮੂਹ ਨੂੰ ਬੋਲੀ ਜਾਂ ਭਾਸ਼ਾ ਭਾਸ਼ਾ ਆਖਿਆ ਜਾਂਦਾ ਹੈ ਅੱਗੇ ਹੈ ਨੰਬਰ 12 ਹੀੜ ਲਿਖੇ ਪਿਛਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਤੇ ਲੇਖ ਲਿਖੋ ਸੋ ਪਹਿਲਾ ਹੈ ਗੁਰੂ ਗੋਬਿੰਦ ਸਿੰਘ ਜੀ ਫਿਰ ਨੰਬਰ 2 ਚੀਤ ਪਗਤ ਸਿੰਘ ਜੀ ਨੰਬਰ 3 ਅਕੀ ਡਿੱਟਾ ਮੇਲਾ ਨੰਬਰ 4 15 ਅਗਸਤ ਨੰਬਰ 5 ਦੀਵਾਲੀ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਆਂਦਾ ਹੋਇਆ ਚੰਗੀ ਤਰ੍ਹਾਂ ਤੁਸੀਂ ਉਹ ਕਰਨਾ ਹੈ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਠੀਕ ਹੈ ਜੀ ਚੀਤ ਪਗਤ ਸਿੰਘ ਉਹਨਾਂ ਦਾ ਤੁਸੀਂ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਲੈਣਾ ਉਸ ਤੋਂ ਬਾਅਦ ਹੈ ਤੁਹਾਨੂੰ ਦੋ ਵਿੱਚੋਂ ਚਿੱਠੀ ਪੱਤਰ ਆਣਗੇ ਜਾਂ ਬੇਨਤੀ ਪੱਤਰ ਜਿਵੇਂ ਕਿ ਫਰਜ ਕਰੋ ਤੁਸੀਂ 8ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰ ਲਈ ਹੈ ਆਪਣੇ ਪਿਤਾ ਜੀ ਨੂੰ ਆਪਣੇ ਪਾਸ ਆਉਣ ਦੀ ਖਬਰ ਦਿੰਦੇ ਆ ਨਵੀਂ ਕਲਾਸ ਦੇ ਦਾਖਲੇ ਫੀਸਾਂ ਤੇ ਕਿਤਾਬਾਂ ਕਾਪੀਆਂ ਖਰੀਦਣ ਲਈ ਪੈਸੇ ਭੇਜਣ ਲਈ ਕਹੋ ਜਾਂ ਫਿਰ ਤੁਹਾਡੇ ਮੱਲੇ ਮੁਹੱਲੇ ਵਿੱਚ ਸਫਾਈ ਤੇ ਰੋਸ਼ਨੀ ਦਾ ਪ੍ਰਬੰਧ ਠੀਕ ਨਹੀਂ ਹੈ ਨਾ ਹੀ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਚੰਗਾ ਪ੍ਰਬੰਧ ਹੈ ਇਸ ਦੇ ਸੁਧਾਰ ਲਈ ਆਪਣੇ ਸ਼ਹਿਰ ਦੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਇੱਕ ਬੇਨਤੀ ਪੱਤਰ ਲਿਖੋ ਸੋ ਦੋਨੇ ਹੱਲ ਕੀਤੇ ਹੋਏ ਹਨ ਤੁਸੀਂ ਦੇਖ ਲੈਣਾ ਉਸ ਤੋਂ ਬਾਅਦ ਹੈ ਨੰਬਰ 14 ਹੇਟ ਲਿਖੇ ਡੱਬਿਆਂ ਵਿੱਚੋਂ ਘੱਟੋ-ਘੱਟ 8 ਸਾਰਥਕ ਸ਼ਬਦ ਚੁਣ ਕੇ ਲਿਖੋ। ਸੋ ਲਿਖੇ ਹੋਏ ਹਨ ਜਿਵੇਂ ਕਿ ਆਨੰਦ, ਰੁਸਨਾ, ਧੋਖਾ, ਕਥਾ, ਤੋਪੁਸਨੈਰੀ, ਪਿੰਜਰਾ, ਸੁਨੇਹਾ। ਸੋ ਇਹ ਦੇਖ ਲੈਣਾ। ਉਸ ਤੋਂ ਬਾਅਦ ਫਿਰ ਹੈ ਤੁਹਾਡੇ ਗ੍ਰਾਮਰ ਦੇ ਦੋ ਵ੍ਰਸ਼ਨ ਆਉਣਗੇ ਜਿਵੇਂ ਕਿ ਨਾਮ ਤੋਂ ਕੀ ਭਾਵ ਹੈ? ਕੀ ਭਾਅ ਹੈ ਉਦਾਹਰਨ ਸਹਿਤ ਲਿਖੋ ਜਾਂ ਫਿਰ ਵਿਸ਼ੇਸ਼ਣ ਤੋਂ ਕੀ ਭਾਵ ਹੈ? ਉਦਾਹਰਨ ਸਹਿਤ ਲਿਖੋ। ਦੋਨਾਂ 'ਚ ਜਿਹੜਾ ਚੰਗੀ ਤਰ੍ਹਾਂ ਆਉਂਦਾ ਹੋਇਆ ਤੁਸੀਂ ਉਹ ਕਰ ਲੈਣਾ ਹੈ। ਸੋ ਬੱਚਿਓ ਇਹ ਸੀ 8ਵੀਂ ਜਮਾਤ ਵਾਲਿਆਂ ਦਾ ਪਹਿਲਾ ਪਾਠਾ ਜਿਹੜਾ ਉਹਨਾਂ ਦਾ ਸਬਜੈਕਟ ਹੈ ਪੰਜਾਬੀ ਦਾ। ਠੀਕ ਹੈ ਜੀ ਸੋ ਦੇਖ ਲੈਣਾ ਚੰਗੀ ਤਰ੍ਹਾਂ ਸਾਰੇ ਸਾਰਾ ਪੇਪਰ ਪੇਪਰ ਨੂੰ ਡਾਊਨਲੋਡ ਕਰਨ ਲਈ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਲਿੰਕ ਤੇ ਕਲਿੱਕ ਕਰਕੇ ਪੇਪਰ ਨੂੰ ਡਾਊਨਲੋਡ ਕਰਕੇ ਆਰਾਮ ਨਾਲ ਬੈਠ ਕੇ ਤੁਸੀਂ ਪੜ੍ਹ ਸਕਦੇ ਹੋ ਠੀਕ ਹੈ ਜੀ ਸੋ ਦੋਸਤੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵਾਂ ਪੇਪਰ ਲੈ ਕੇ ਤਦ ਤੱਕ ਲਈ ਧੰਨਵਾਦ